ਅੱਜ ਅਸੀਂ ਕੱਲ੍ਹ ਵਾਲੀ ਜਿਹੜੀ ਕੱਲ੍ਹ ਘਟਨਾ ਹੋਈ ਉਹਦੇ ਬਾਰੇ ਲਏ ਆ ਫੈਸਲੇ। ਕੱਲ੍ਹ ਅਸੀਂ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਸ਼ਾਮ ਨੂੰ ਮੀਟਿੰਗ ਹੋਈ ਹੈ। ਮੀਟਿੰਗ ਸਾਡੇ 12 ਆਦਮੀ ਫੜੇ ਸੀ, ਉਹ ਉਹਨਾਂ ਨੇ ਛੱਡਤੇ। ਸਾਡੇ ਟਰੈਕਟਰ ਫੜੇ ਸੀ, ਉਹ ਵੀ ਛੱਡਤੇ। ਸਾਨੂੰ ਇਹ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਵੀ ਇਹ ਕੇਸ ਵਾਲੀ ਕੋਈ ਗੱਲ ਨਹੀਂ, ਆਪਣੀ ਗੱਲ ਨਿਬੜ ਗਈ ਹੈ। ਪਰ ਉਹਨਾਂ ਨੇ ਉਸ ਤੋਂ ਬਾਅਦ 307 ਦੇ ਪਰਚੇ ਦਰਜ ਕੀਤੇ ਆ ਕਿਸਾਨਾਂ 'ਤੇ, ਅਤੇ ਉਹਦੇ 'ਚ 200 ਬੰਦੇ 'ਤੇ ਪਰਚਾ ਦਰਜ ਕੀਤਾ। ਅਸੀਂ ਉਹਦੀ ਸਖ਼ਤ ਰਾਜਾਂ 'ਚ ਨਿਖੇਧੀ ਕਰਦੇ ਹਾਂ। ਕੱਲ੍ਹ ਅਸੀਂ ਇੱਕ ਪ੍ਰੋਗਰਾਮ ਦਿੱਤਾ ਸੀ ਵੀ ਅਸੀਂ ਮੁਜ਼ੱਫਰਨਗਰ ਜਾਣਾ, ਜਿੰਨਾ ਚਿਰ ਮੁਜ਼ੱਫਰਨਗਰ ਨਹੀਂ ਜਾਣਾ ਤਾਂ ਉਦੋਂ ਆ ਕੇ ਅਸੀਂ ਅਗਲਾ ਪ੍ਰੋਗਰਾਮ ਦੇਵਾਂਗੇ। ਪਰ ਹੁਣ ਸਾਨੂੰ ਇਹ ਲੱਗਦਾ ਵੀ ਜਿਹੜਾ ਇਹਨਾਂ ਨੇ ਕੇਸ ਬਣਾਇਆ ਰਾਤ, ਉਸ ਨੂੰ ਅਸੀਂ ਆਪਦੀ ਸੂਬਾ ਕਮੇਟੀ ਤੋਂ ਮੋਗਾ ਜ਼ਿਲ੍ਹੇ ਨੇ ਮੁਜ਼ੱਫਰਪੁਰ ਜਾਣ ਤੋਂ ਛੋੜ ਲੈ ਲਈ ਹੈ, ਅਤੇ ਅਸੀਂ ਕੱਲ੍ਹ ਤੋਂ ਸਵੇਰ ਤੋਂ ਇਹ ਅਣਮਿੱਥੇ ਸਮੇਂ ਦਾ ਪੱਕਾ ਧਰਨਾ ਲਾਵਾਂਗੇ ਡੀਸੀ ਦਫ਼ਤਰ ਮੂਹਰੇ। ਜੋ ਕੱਲ੍ਹ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਲਾਠੀਚਾਰਜ ਹੋਇਆ, ਇੱਥੇ ਜੋ ਤਸ਼ੱਦਦ ਢਾਇਆ ਗਿਆ ਪੁਲਿਸ ਵੱਲੋਂ ਅਤੇ ਨਾਲ ਜਿਹੜੇ ਬਾਦਲ ਦਲ ਦੇ ਗੁੰਡਿਆਂ ਵੱਲੋਂ, ਉਹਦੇ ਸੰਬੰਧ 'ਚ ਨਾਲੇ ਦੇਖੋ ਇੱਥੇ ਡਾਂਗਾਂ ਮਾਰੀਆਂ ਗਈਆਂ, ਲੱਤਾਂ ਬਾਹਾਂ ਦੇ ਉੱਤੇ ਸਿਰ ਪਾੜੇ ਗਏ, ਪੱਗਾਂ ਲਾਈਆਂ ਗਈਆਂ। ਨਾਲੇ ਘੱਟੋ ਘੱਟ 250 ਦੇ ਕਰੀਬ ਜਿਹੜੇ ਕਿਸਾਨ ਨੇ ਜਾਂ ਮਜ਼ਦੂਰ ਨੇ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕਰ ਦਿੱਤੇ ਗਏ। ਸੋ ਇਸੇ ਸੰਬੰਧ 'ਚ ਆਪਾਂ ਇੱਕ ਪਾਸੇ ਦੇਖ ਰਹੇ ਹਾਂ ਕਿ ਕੁਛ ਦਿਨ ਪਹਿਲਾਂ ਕਰਨਾਲ ਦੇ ਵਿੱਚ ਇੱਕ ਜਿਹੜਾ ਇਸ ਤਰ੍ਹਾਂ ਦਾ ਹੀ ਮਾਹੌਲ ਬਣਿਆ, ਕਿਵੇਂ ਕਿਸਾਨਾਂ ਦੇ ਸਿਰ ਪਾੜੇ, ਕਿਵੇਂ ਉਹਨਾਂ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ, ਕਿਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ, ਉਹੀ ਵਰਤਾਰਾ ਪੰਜਾਬ ਸਰਕਾਰ ਨੇ ਵੀ ਇੱਥੇ ਕੱਲ੍ਹ ਦੇਖਣ ਨੂੰ ਮਿਲਿਆ। ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ, ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੂੰ ਇਹ ਕਹਿ ਰਿਹਾ ਕਿ ਤੁਹਾਡੀ BJP ਦੀ ਹਕੂਮਤ ਹੈ ਜਿਹੜੀ ਉਹ ਜ਼ੁਲਮ ਢਾ ਰਹੀ ਹੈ, ਅਤੇ ਦੂਜੇ ਪਾਸੇ ਪੰਜਾਬ ਸਰਕਾਰ ਕੀ ਕਰ ਰਹੀ ਹੈ। ਇਹ ਇਕੱਲੇ ਮੁਕੱਦਮੇ ਆ ਜਿਹੜੇ ਉਹ ਮੋਗੇ ਨਹੀਂ ਦਰਜ ਹੋਏ, ਮਾਛੀਵਾੜੇ ਵੀ ਦਰਜ ਹੋਏ ਨੇ, ਜਿੱਥੇ ਜਿੱਥੇ ਵੀ ਬਾਦਲ ਦੀਆਂ ਰੈਲੀਆਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਮਜ਼ਦੂਰ ਪਹੁੰਚੇ ਨੇ, ਉੱਥੇ ਉੱਥੇ ਇਹ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਆ। ਦੇਖੋ, ਬਾਦਲਾਂ ਦੀਆਂ ਰੈਲੀਆਂ ਦਾ ਜਾਂ ਕਾਂਗਰਸ ਦੀਆਂ ਰੈਲੀਆਂ ਜਾਂ ਕੋਈ ਵੀ ਸਿਆਸੀ ਧਿਰ ਆ ਉਹਦੀਆਂ ਰੈਲੀਆਂ ਦਾ ਵਿਰੋਧ ਕਰਨ ਦਾ ਕਾਰਨ ਕੀ ਹੈ? ਕਾਰਨ ਇੱਕੋ ਹੀ ਹੈ ਕਿ ਅਸੀਂ ਸਮਝਦੇ ਹਾਂ ਵੀ ਜਿਹੜੇ ਇਹ ਕਾਲੇ ਕਾਨੂੰਨ ਹੈ ਜਾਂ ਜਿਨ੍ਹਾਂ ਹਾਲਾਤਾਂ 'ਚ ਪੰਜਾਬ ਪਹੁੰਚ ਗਿਆ, ਇਹ ਸਾਰੇ ਵਰਤਾਰੇ ਦੇ ਜ਼ਿੰਮੇਵਾਰ ਇਕੱਲੇ ਜੇ ਆਪਾਂ ਸਮਝਦੇ ਹਾਂ ਵੀ ਸੈਂਟਰ ਦੀ ਸਰਕਾਰ ਹੈ, ਮੋਦੀ ਹੈ ਚਾਹੇ ਕਾਂਗਰਸ ਹੈ, ਉਹ ਇਕੱਲੇ ਜ਼ਿੰਮੇਵਾਰ ਨਹੀਂ ਹੈ। ਇਹਦੇ ਜ਼ਿੰਮੇਵਾਰ ਇੱਥੋਂ ਦੀਆਂ ਜਿਹੜੀਆਂ ਸੱਤਾ ਦੇ ਉੱਤੇ ਕਾਬਜ਼ ਰਹੀਆਂ ਧਿਰਾਂ ਨੇ, ਚਾਹੇ ਪਹਿਲਾਂ ਅਕਾਲੀ ਦਲ ਰਿਹਾ ਹੋਵੇ ਚਾਹੇ ਹੁਣ ਕਾਂਗਰਸ ਹੀ ਹੈ, ਉਹ ਵੀ ਬਰਾਬਰ ਦੇ ਜ਼ਿੰਮੇਵਾਰ ਆ।